some people would rather die in the pride than live in their humility kujh lok nimrata vich jeen di bajaye hankar vich maran nu tarjeeh dinde han syane kehnde han uchai prapt karan layi nimrata to swa hor koi paudi ni insaan apne audhe to pehla apne vivhar karke janeya janda hai oh shakhs jeda tuhanu chukke milya hovega yakeenan usda rutba ਤੁਹਾਡੇ ਨਾਲੋਂ ਉੱਚਾ ਹੋਵੇਗਾ ਪ੍ਰਾਈਡ ਹੰਕਾਰ ਅਭਿਮਾਨ ਮੂਰਖਤਾ ਦੀ ਨਿਸ਼ਾਨੀ ਹੈ ਅਤੇ ਨਿਮਰਤਾ ਬਹੁਤ ਹੀ ਚੰਗੀ ਰੁਚੀ ਨਿਮਰਤਾ ਦੀ ਬਹੁਤ ਵਡਿਆਈ ਹੁੰਦੀ ਹੈ ਨਿਮਰ ਸੁਭਾਅ ਵਾਲੇ ਲੋਕ ਕੁਝ ਅਲੱਗ ਚੀਜ਼ਾਂ ਨਹੀਂ ਕਰਦੇ ਬਲਕਿ ਉਹ ਚੀਜ਼ਾਂ ਨੂੰ ਅਲੱਗ ਤਰੀਕੇ ਦੇ ਨਾਲ ਕਰਦੇ ਨੇ ਗੁਣੀ ਵਿਅਕਤੀ ਸਿੱਪੀ ਵਾਂਗ ਮੋਤੀ ਦੇਣ ਲਈ ਮੂੰਹ ਖੋਲਦਾ ਹੈ ਇੱਕ ਮਸ਼ਹੂਰ ਲੇਬਨਾਨੀ ਕਵੀ ਖਲੀਲ ਜਬਰਾਨ ਦੀ ਕਹਾਣੀ ਹੈ ਕਿ ਬਦਲ ਚੂਮੀ ਦਾ ਇੱਕ ਤੁਪਕਾ ਡਿੱਗਿਆ ਥੱਲੇ ਸਮੁੰਦਰ ਸੀ ਤੁਪਕੇ ਨੇ ਜਦੋਂ ਸਮੁੰਦਰ ਦੀ ਵਿਸ਼ਾਲਤਾ ਵੇਖੀ ਨਾ ਤੇ ਉਹ ਬਹੁਤ ਸ਼ਰਮਿੰਦਾ ਹੋਇਆ ਉਹ ਸੋਚਣ ਲੱਗਾ ਕਿ ਐਡੇ ਵੱਡੇ ਸਮੁੰਦਰ ਦੇ ਸਾਹਮਣੇ ਮੇਰੀ ਕੀ ਔਕਾਤ ਮੈਂ ਤਾਂ ਕੁਝ ਵੀ ਨਹੀਂ ਜਦੋਂ ਨੇ ਇਹ ਨਿਮਰਤਾ ਅਪਣਾਈ ਨਾ ਤਾਂ ਇੱਕ ਸਿੱਪੀ ਨੇ ਉਸ ਨੂੰ ਆਪਣੀ ਗੋਦ ਵਿੱਚ ਲੈ ਲਿਆ ਤੇ ਉਸ ਨੂੰ ਆਪਣੀ ਜਿੰਦ ਜਾਨ ਸਮਝ ਕੇ ਪਾ ਲਿਆ ਆਕਾਸ਼ ਨੇ ਉਹਦੀ ਪਦਵੀ ਇੰਨੀ ਉੱਚੀ ਕਰ ਦਿੱਤੀ ਕਿ ਇੱਕ ਦਿਨ ਉਹ ਮੋਤੀ ਬਾਦਸ਼ਾਹ ਦੇ ਤਾਜ ਦਾ ਸ਼ਿੰਗਾਰ ਬਣਿਆ ਕਹਿਣ ਦਾ ਭਾਵ ਜਿਸ ਨੇ ਨਿਮਰਤਾ ਅਪਣਾਈ ਉਸ ਨੇ ਇੱਜ਼ਤ ਪਾਈ ਇਫ ਯੂ ਆਰ ਹੰਬਲ nothing will touch you neither your praise nor disgrace because you know what you are kenda pav je kar tusi nimar ho na ta toanu koi cheez shoo nahi sakdi na ta toaddi vaddiayi te na hi toaddi burai kyuki tusi jande ho ki tusi ki ho